ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਜੀ ਹੁਣੇ-ਹੁਣੇ ਗੈਸ ਸਿਲੰਡਰਾਂ ਹੋਈਆਂ ਇੰਨੀਆਂ ਮਹਿੰਗੀਆਂ ਲੋਕਾਂ ਨੂੰ ਲੱਗਾ ਵੱਡਾ ਝਟਕਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੱਤਾ ਹੈ ਸਰਕਾਰੀ ਤੇਲ ਕੰਪਨੀਆਂ ਨੇ 4 ਫਰਵਰੀ ਨੂੰ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਹੈ ਅੱਜ ਤੋਂ ਤੁਹਾਨੂੰ ਘਰੇਲੂ ਰਸੋਈ ਵਿੱਚ ਗੈਸ ਲਈ ਵਧੇਰੇ ਪੈਸੇ ਖਰਚਣੇ ਪੈਣਗੇ ਬਿਨਾ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਵਪਾਰਕ ਸਿਲੰਡਰਾਂ ਦੀ ਕੀਮਤ ਵਿੱਚ 6 ਰੁਪਏ ਦੀ ਕਮੀ ਕੀਤੀ ਗਈ ਹੈ ਕੀਮਤ ਵਾਧੇ ਤੋਂ ਬਾਅਦ ਦਿੱਲੀ ਵਿੱਚ ਰਸੋਈ ਦੀ ਕੀਮਤ ਰਸੋਈ ਗੈਸ ਦੀ ਕੀਮਤ 719 ਰੁਪਏ ਹੋਈ ਹੈ ਚੈੱਕ ਕਰੋ ਨਵੀਆਂ ਕੀਮਤਾਂ Indian Oil Corporation Limited ਦੀ ਵੈੱਬਸਾਈਟ ਦੇ ਅਨੁਸਾਰ ਅੱਜ 4 ਫਰਵਰੀ ਨੂੰ ਉਪਭੋਗਤਾਵਾਂ ਨੂੰ ਚੋਲਾ 14 ਕਿਲੋ ਗੈਰ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਲਈ ਭੁਗਤਾਨ ਵਧੇਰੇ ਕਰਨਾ ਪਵੇਗਾ ਹੁਣ ਦਿੱਲੀ ਵਿੱਚ ਰਸੋਈ ਗੈਸ ਦੇ ਪ੍ਰਤੀ ਲੀਟਰ ਸਬਸਿਡੀ ਦੀ ਕੀਮਤ ₹719 ਕੋਲਕਾਤਾ ਵਿੱਚ ₹745.50 ਮੁੰਬਈ ਵਿੱਚ ₹719 ਅਤੇ ਚੇਨਈ ਵਿੱਚ ₹735 ਪ੍ਰਤੀ ਸਿਲੰਡਰ ਹੋ ਗਈ ਹੈ ਦੱਸਦੀ ਹੈ ਕਿ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ LPG ਦੀ ਕੀਮਤ ਵਿੱਚ ਬਦਲਾਅ ਹੁੰਦੇ ਹਨ ਇਸ ਵਾਰ ਇੱਕ ਫਰਵਿਉ ਨੂੰ ਸਿਰਫਾਰਕ ਗਿਆ ਸਿਲੰਡਰ ਦੀ ਕੀਮਤ ਵਿੱਚ 190 ਰੁਪਏ ਦਾ ਵਾਧਾ ਹੋਇਆ ਹੈ ਪਾਰਕ ਰੈਲੂ ਗੈਸ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਅੱਜ ਇਸ ਕੀਮਤ ਵਿੱਚ ਵੀ ਪ੍ਰਤੀ ਸਿਲੰਡਰ ਸ਼ੇਅਰ ਪਰ ਹੇਟ ਆ ਗਿਆ ਹੈ। ਇਸ ਕਟੌਤੀ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1533 ਰੁਪਏ, ਕੋਲਕਾਤਾ ਵਿੱਚ 1598.50 ਰੁਪਏ, ਮੁੰਬਈ ਵਿੱਚ 1482.50 ਅਤੇ ਚੇਨਈ ਵਿੱਚ 1669 ਰੁਪਏ ਹੋ ਗਈ ਹੈ। ਦੇਸ਼ ਵਿੱਚ LPG ਦੀ ਪਹੁੰਚ ਤਕਰੀਬਨ 99.5% ਤੱਕ ਕੀਤੀ ਗਈ ਹੈ। ਦੇਸ਼ ਵਿੱਚ ਐਲਪੀਜੀ ਦੇ ਲਗਭਗ 28.9 ਮਿਲੀਅਨ ਖਪਤਕਾਰ ਹਨ ਜਨਵਰੀ ਮਹੀਨੇ ਵਿੱਚ ਐਲਪੀਜੀ ਦੀ ਕੀਮਤ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ